ਯਾਰ ਮੈਨੂੰ ਹੁਣੀ ਪਤਾ ਲੱਗਿਆ, ਮੈਨੂੰ ਬਾਈ ਦਾ ਫੋਨ ਆਇਆ ਤੇ ਮੈਨੂੰ ਪਤਾ ਲੱਗਿਆ ਕਿ ਨਜਾਇਜ਼ ਹੀ ਕਰਜ਼ਾ ਲੱਗਿਆ ਤੇ ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਤੁਹਾਡਾ ਚੈਨਲ ਸੱਤ ਰੰਗ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਸੋਸ਼ਲ ਮੀਡੀਆ 'ਤੇ ਸਿੱਧੂ ਮੂਸੇਵਾਲੇ ਦੇ ਕਰਨ ਔਜਲੇ ਦੀ ਕੰਟਰੋਵਰਸੀ ਬਹੁਤ ਵੱਡਾ ਸੋਸ਼ਲ ਮੀਡੀਆ 'ਤੇ ਰੂਪ ਲੈ ਚੁੱਕੀ ਆ। ਇੱਕ ਪਾਸੇ ਸਿੱਧੂ ਮੂਸੇਵਾਲਾ ਆਪਣੇ ਆਸਟ੍ਰੇਲੀਆ ਲਾਈਵ ਸ਼ੋਅ ਦੇ ਵਿੱਚ ਕਰਨ ਔਜਲੇ ਨੂੰ ਸਰੇਆਮ ਰਿਪਲਾਈ ਕਰਦਾ ਦਿਖਾਈ ਦੇ ਰਿਹਾ। ਇਹ ਰਿਪਲਾਈ ਦੋਸਤੋ ਇੱਕ ਵਾਰ ਨਹੀਂ, ਲਗਾਤਾਰ 3 ਵਾਰੀ 3 ਸ਼ੋਆਂ ਦੇ ਵਿੱਚ ਦਿੱਤਾ ਗਿਆ ਹੈ। ਤੂੰ ਡਿੱਗ ਜਾਈਆ ਵੀ ਜਿਹੜਾ ਚੜੂ ਉਹਦਾ ਡਿੱਗੂ ਵੀ ਸਾਰਾ ਉੱਤੇ ਥੋੜੀ ਰਹਿ ਜੂ। ਸਹੀ ਗੱਲ ਨਾ, ਜੇ ਕੋਈ ਚੀਜ਼ ਉੱਪਰ ਜਾਂਦੇ ਆ ਤਾਂ ਨਿਸ਼ਚਿਤ ਥੱਲੇ ਆਊਗੀ ਆਊਗੀ, ਇਹ ਦਸਤੂਰ ਹੈ ਜ਼ਿੰਦਗੀ ਦਾ। ਤੇ ਜਿੱਦਾਂ ਕਿ ਸਾਰੇ ਦਰਸ਼ਕ ਇਸ ਚੀਜ਼ ਲਈ ਉਡੀਕ ਕਰ ਰਹੇ ਸੀ ਕਿ ਕਰਨ ਔਜਲਾ ਸਿੱਧੂ ਮੂਸੇਵਾਲੇ ਨੂੰ ਰਿਪਲਾਈ ਕਦੋਂ ਕਰਦਾ, ਤੇ ਕਈ ਕਹਿ ਰਹੇ ਸੀ ਕਿ ਕਰਨ ਔਜਲਾ ਸ਼ਾਇਦ ਡਰ ਕੇ ਬੈਠ ਗਿਆ। ਪਰ ਦੋਸਤੋ ਅਜਿਹੀ ਗੱਲ ਕੋਈ ਵੀ ਨਹੀਂ ਹੈ, ਕਿਉਂਕਿ ਕਰਨ ਔਜਲੇ ਨੇ ਅੱਜ ਹੀ ਫਿਰ ਲਲਕਾਰਾ ਮਾਰ ਕੇ ਦੁਬਾਰਾ ਰਿਪਲਾਈ ਕੀਤਾ। ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿੰਨੇ ਵੀ ਇਹਨਾਂ ਦੇ ਕੱਟੜ ਫੈਨ ਨੇ ਵੀਡੀਓ ਨੂੰ ਜਲਦੀ ਜਲਦੀ ਲਾਈਕ ਜ਼ਰੂਰ ਕਰਿਓ ਤੇ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣੇ ਕਿ ਤੁਸੀਂ ਕਿਸ ਦੀ ਸਪੋਰਟ ਕਰਦੇ ਹੋ। ਤੇ ਥੋੜ੍ਹਾ ਜਿਹਾ ਆਪਾਂ ਤੁਹਾਨੂੰ ਪੁਰਾਣੇ ਮੁੱਦਿਆਂ ਦੇ ਵੱਲ ਲੈ ਕੇ ਜਾਂਦੇ ਕਿ ਸਿੱਧੂ ਮੂਸੇਵਾਲੇ ਨੇ ਕਈ ਦਿਨ ਪਹਿਲਾਂ ਆਪਣੀ ਸਨੈਪਚੈਟ ਉੱਤੇ ਇੱਕ ਪੋਸਟ ਪਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਸੀ ਕਿ ਪਿੱਠ 'ਤੇ ਨਹੀਂ ਸਦਾ ਹਿੱਕ ਉੱਤੇ ਮਾਰੀਏ, ਦੱਸੋ ਦਿਨਾਂ ਵਿੱਚ ਡੇਟ ਤੁਸੀਂ ਲੌਕ ਕਰਿਓ, ਟਾਈਮ ਬਹੁਤਾ ਨਹੀਂ ਮੈਂ ਲਾਉਂਦਾ ਗਾਣਾ ਜੱਟ ਦਾ ਆਉਂਦਾ, ਹੁਣ ਆਈ ਡੀ ਵਿੱਚੋਂ ਨਾ ਬੰਦਾ ਬਲੌਕ ਕਰਿਓ। ਅਤੇ ਇਸੇ ਗੱਲ ਦਾ ਜਵਾਬ ਫਿਰ ਕਰਨ ਔਜਲੇ ਨੇ ਕਾਫੀ ਟਾਈਮ ਬਾਅਦ ਸੋਸ਼ਲ ਮੀਡੀਆ ਦਿੱਤਾ। ਅਤੇ ਕਰਨ ਔਜਲਾ ਕੀ ਕਹਿ ਰਹੇ ਨੇ ਆਓ ਤੁਹਾਨੂੰ ਆਪਾਂ ਸੁਣਾਉਂਦੇ ਹਾਂ। ਸੁਣ ਕੰਨ ਖੋਲ ਕੇ ਜੱਟਾ ਹੋਏ, ਤੈਨੂੰ ਦਿਨੇ ਤਾਰੇ ਵਿਖਾ ਦਾਂਗੇ, ਕਦੇ ਟੱਕਰੀ ਰਦੜੇ ਮੈਦਾਨ 'ਚ ਤੈਨੂੰ ਚੈਨੀ ਸਣੇ ਘੁਮਾ ਦਾਂਗੇ। ਅਤੇ ਦੋਸਤੋ ਇਹ ਸਿੱਧੂ ਮੂਸੇਵਾਲੇ ਦੇ ਗਲ ਦੇ ਵਿੱਚ ਪਾਈ ਚੈਨੀ ਦੀ ਗੱਲ ਹੋ ਰਹੀ ਆ। ਅਤੇ ਅੱਗੇ ਲਿਖ ਰਹੇ ਨੇ ਕਿ ਹੁਣ ਪੂਰੀ ਚੱਲੂ ਟੁੱਚਬਾਜੀ, ਇਹਨਾਂ ਸਮਝੀ ਤੈਨੂੰ ਛੱਡ ਦਾਂਗੇ, ਜਿਹੜੇ ਉੱਚੇ ਚੱਕੇ ਪਿੱਕੇ ਤੂੰ ਉਹਨਾਂ ਦੀ ਫੂਕ ਵੀ ਕੱਢ ਦਾਂਗੇ, ਜਿਹੜੀ ਲਗਾਉਣ ਨਾਲ ਚੱਕੀ ਫਿਰਦਾ ਮੇਰੇ ਇੱਕੋ ਲਲਕਾਰੇ ਨਾਲ ਡਰ ਜਾਣੀ, ਜਦੋਂ ਫਿਰ ਸਾਡਾ ਰਿਪਲਾਈ ਆਉਣਾ ਤੂੰ ਫਿਰ ਆਪਣੀ ਆਈ ਡੀ ਡੀਐਕਟੀਵੇਟ ਕਰ ਜਾਣੀ, ਅਤੇ ਮਿਰਚ ਤਾਂ ਲੜੀ ਹੈ ਇਹ ਐਂਡ ਦੇ ਵਿੱਚ ਕਰਨ ਔਜਲਾ ਲਿਖ ਰਹੇ ਨੇ। ਅਤੇ ਦੋਸਤੋ ਇਹਨਾਂ ਸਭ ਚੀਜ਼ਾਂ ਨੂੰ ਦੇਖ ਕੇ ਲੱਗ ਰਿਹਾ ਕਿ ਸੋਸ਼ਲ ਮੀਡੀਆ 'ਤੇ ਕਰਨ ਔਜਲਾ ਅਤੇ ਸਿੱਧੂ ਮੂਸੇਵਾਲੇ ਦੀ ਲੜਾਈ ਦਾ ਵਾਧਾ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਵੱਧ ਰਿਹਾ ਹੈ। ਅਤੇ ਦੋਸਤੋ ਹੁਣ ਵਾਰੀ ਤੁਹਾਡੇ ਸਭ ਦੀ ਹੈ, ਤੁਸੀਂ ਕਮੈਂਟਾਂ ਦੇ ਵਿੱਚ ਆਪਣੇ ਵਿਚਾਰ ਜ਼ਰੂਰ ਦੇਣੇ ਕਿ ਤੁਸੀਂ ਕਿਸ ਸਿੰਗਰ ਨੂੰ ਸਪੋਰਟ ਕਰਦੇ ਹੋ। ਅਤੇ ਜਾਂਦੇ ਜਾਂਦੇ ਜਿਨ੍ਹਾਂ ਨੇ ਸਾਡਾ ਚੈਨਲ ਸੱਤ ਰੰਗ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਹੀ ਸਬਸਕ੍ਰਾਈਬ ਕਰ ਲਓ, ਤਾਂ ਜੋ ਆਪਣੀ ਯੂਟਿਊਬ ਦੀ ਫੈਮਿਲੀ ਹੋ ਸਕੇ ਹੋਰ ਵੱਡੀ। ਧੰਨਵਾਦ।